ਠੀਕ ਹੈ ਹਾਂਜੀ ਹਾਂਜੀ ਜੀ ਆਇਆ ਵੈਲਕਮ ਹੈ ਸਟੇਜ ਤੇ ਆਉਣਾ ਗਾਣਾ ਕਾਤਲ ਕੋਕਾ ਦੇਖ ਪਰਿਵਾਰ ਵੱਲੋਂ ਤੇ ਸਾਡੀ ਤਰਫੋਂ ਵੀ ਨਿੱਗੀ ਜੀ ਆਇਆਂ ਨੂੰ ਕਲੀਆਂ ਦੇ ਬਾਦਸ਼ਾਹ ਸਵਰਗੀ ਉਸਤਾਦ ਜਨਾਬ ਕੁਲਦੀਪ ਮਾਨਕ ਜੀ ਉਹਨਾਂ ਦੇ ਸਪੁੱਤਰ ਪਰਿਵਾਰ ਦੇ ਚਸ਼ਮਾ ਚਿਰਾਗ ਯੁੱਧਵੀਰ ਮਾਨਕ ਸਾਹਿਬ ਉਹ ਵੀ ਤਸ਼ਰੀਫ ਲੈ ਕੇ ਪਹੁੰਚੇ ਨੇ ਪਰਿਵਾਰ ਦੀ ਤਰਫੋਂ ਸਾਡੀ ਤਰਫੋਂ ਨਿੱਗੀ ਜੀ ਆਇਆਂ ਨੂੰ ਮੈਨੂੰ ਪਤਾ ਮੈਂ ਗਾਣੇ ਚਾਰ ਚੰਨ ਲਾਏ ਨੇ ਉਹਨਾਂ ਨੇ ਪਰਿਵਾਰ ਦੀ ਖੁਸ਼ੀ ਦੇ ਵਿੱਚ ਪਹੁੰਚ ਕੇ ਸੋ ਪਰਿਵਾਰ ਦੇ ਮੈਂਬਰਾਂ ਵੱਲੋਂ ਸਾਡੀ ਤਰਫੋਂ ਜੀ ਆਇਆਂ ਨੂੰ ਅੱਜ ਸਾਡੇ ਲਈ ਸਭ ਤੋਂ ਜ਼ਿਆਦਾ ਖੁਸ਼ੀ ਦਾ ਦਿਨ ਹੈ ਜੀ ਤੁਸੀਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਜਿਹੜੇ ਤੁਹਾਡੇ ਦਿਲ 'ਚ ਵੱਸਦੇ ਆ ਉਹਨਾਂ ਜਿਹੜੇ ਉਹ ਸਾਨੂੰ ਬੇਬਖਤੀ ਵਿਛੋੜਾ ਦੇ ਗਏ ਸੀ ਅਤੇ ਇੱਕ ਇਸ ਪਰਿਵਾਰ 'ਤੇ ਹੋਰ ਕਹਿਰ ਵਾਪਰਿਆ ਸੀ ਕਿ ਯੁੱਧਵੀਰ ਬਹੁਤ ਜ਼ਿਆਦਾ ਜਿੰਨਾ ਕਹਿ ਨਹੀਂ ਸਕਦੇ ਉਹਨਾਂ ਪਰਮਾਤਮਾ ਵੱਲੋਂ ਦੁੱਖ ਘਰ ਵਿੱਚ ਮਿਲ ਗਿਆ ਸੀ ਪਰ ਅੱਜ ਬਿਲਕੁਲ ਉਹਨੂੰ ਤੰਦਰੁਸਤ ਵੇਖ ਕੇ ਤੁਸੀਂ ਸਾਰੇ ਉਸ ਪਰਿਵਾਰ ਲਈ ਕੁਲਦੀਪ ਮਾਨਕ ਸਾਹਿਬ ਲਈ ਇੱਕ ਵਾਰੀ ਇਹਦੀ ਚੜ੍ਹਦੀ ਕਲਾ ਲਈ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਉਹਨੂੰ ਦੱਸੋ ਕਿ ਤੁਸੀਂ ਉਸ ਪਰਿਵਾਰ ਨੂੰ ਕਿੰਨਾ ਪਿਆਰ ਕਰਦੇ ਹੋ ਛੋਟੇ ਨਾਥ ਕਰ ਲਿਆ ਮੇਰੇ ਵਾਲਾ ਜਿਹੜੀ ਕਹੂਗੇ ਛੇੜ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਉਹਦੀ ਖਲ ਵੀ ਨਹੀਂ ਜਿਸ ਕੌਮ ਦੀ ਜਿਸ ਮਕਾਨ ਦੀ ਨਹੀਂ ਜਵਾਬ ਦੇ ਗਈ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਪੱਤੇ ਵੀ ਨਹੀਂ ਜਿਸ ਕੌਮ ਦੇ ਖੂਨ ਚੋਂ ਕਈ ਗਰਤ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਜੱਟ ਹੇਠ ਡੋਰੇ ਦੇ ਸੌਂ ਗਿਆ ਪੱਟਾਂ ਕਰਾਰਾ ਲਾਗੇ ਜੱਟ ਜੱਟ ਕਿਸੇ ਅੱਲਾ ਲੋਗੇ ਜਿਸਾ ਪਰ ਪਿਆ ਤੇ ਮਾਰ ਕਾਨੀਆਂ ਹੈਵਾਨ ਆਇਆ ਤੋ ਯਾਰ ਮਰਾਦਾ
ਇੱਕ ਵਾਰ ਜ਼ੋਰਦਾਰ ਤਾੜੀ ਛੇਤੀ ਤੰਦਰੁਸਤ ਹੋਵੇ ਕਾਤਲ ਕੋਕਾ ਕਤਲ ਕਰਾ ਦੂ ਕੱਟ ਲੈ ਕੋਲ ਫੁਲਕਾਰੀ ਦਾ ਫੇਰ ਇਸ ਤਰ੍ਹਾਂ ਸਾਡੇ ਅੱਗੇ ਪੇਸ਼ ਹੋਗਾ ਆਦਿ ਤੇਰੇ ਡੈਡੀ ਨੂੰ ਪਿਆਰ ਕਰਨ ਵਾਲੇ ਸੁੱਖਾਂ ਮੰਗਣ ਵਾਲੇ ਪਰਿਵਾਰ ਦੇ ਦੇਖ ਸ਼ੀਲ ਵਾਲਿਆਂ ਦੇ ਸਾਰੇ ਆ ਗਏ ਹਾਂ ਚੜ੍ਹਦੀ ਕਰ ਆ ਜਾ ساری دنیا نو خوشیاں بٹن والا ہو سخش جیدے آتم سمجھ دے وچ پرماتما نے انہیں دکھوں دی جھولی دے وچ پائے ہو آپ بھی تر گیا پر گھر انہاں دکھ ویکھ کے ہی تریا میں تاں ہی سوچدا جی پر پرماتما نے پھر سنی ہے اج جو تو بھی تھوڑے سامنے اودی یاداشت واپس ہو دی چڑھدی کلا چ اس ویلے تر کے جا رہا شگن پاؤن دی وجہ جڑی جو تو بھی ساری دنیا دی دعا تے جو دے واسطے